ਹੋ ਗਈ ਜਿੱਦ ਪੂਰੀ। ਲੈ ਇਹ ਚੀਜ਼ ਜਿੱਦ ਕਾਹਦੀ ਆ, ਇਹ ਮੈਂ ਆਪਣੀ ਗੱਡੀ ਤੇ ਜਾਣਾ, ਮੈਂ ਕਿਹੜਾ ਕਿਹਾ ਕਿ ਲੋਕਾਂ ਦੀ ਮੰਗ ਕੇ ਲਿਆਓ ਤੇ ਗੱਡੀ ਤੇ ਫੇਰ ਚੱਲਦੀ ਆ ਮੈਂ। ਠੀਕ ਹੈ, ਇਹ ਤੇ ਹੁਣ ਮੈਂ ਹੀ ਜਾਣਦਾ ਜਾਂ ਡੀਕੇ ਜਾਣਦਾ ਰੱਬ ਜਾਣਦਾ। ਆ ਫੇਰ ਕੱਲੇ ਕੀ ਮੁੜ ਮੁੜ ਕਰੀ ਜਾਂਦੇ ਜੀ? ਤੈਨੂੰ ਨਾ ਵਹਿਮ ਲੱਗ ਪੈ ਗਿਆ ਕੋਈ। ਨਹੀਂ ਨਹੀਂ ਨਹੀਂ, ਮੈਨੂੰ ਕੋਈ ਵਹਿਮ ਨੀ ਹੋ ਸਕਦਾ, ਤੁਸੀਂ ਲੈ ਲੈਣੇ ਚਲੋ ਨਾਲੇ ਉੱਥੇ ਸੋਫਟ ਜਿਹੇ ਹੋਣੇ, ਨਾਲੇ ਥੋੜੇ ਜਿਵੇਂ ਨਾ ਮੈਂ ਹੈਵੀ ਸੂਟ ਪਾ ਕੇ ਥੋੜੀ ਹੋ ਗਈ ਉਹੀ ਤੇ ਕਹਿ ਰਹੀ ਪੂਰੀ ਗੱਲ ਤੇ ਸੁਣੋ, ਹੈਵੀ ਸੂਟ ਪਾ ਕੇ ਬੋਰ ਹੋ ਗਈ, ਥੋੜੇ ਕੰਫਰਟੇਬਲ ਜਿਹੀਆਂ ਡਰੈਸਿਸ ਲੈ ਲਈਏ। ਤੂੰ ਵੈਸਟਰਨ ਲੈਣਾ ਕਿ? ਮੈਂ ਵੈਸਟਰਨ ਲੈਣਾ, ਤੁਹਾਨੂੰ ਪਤਾ ਇੰਡੀਅਨ ਮੇਰੇ ਕੋ ਹੁਣ ਪਹਿਨ ਨਹੀਂ ਦਿਆ ਤੇ ਮੈਨੂੰ ਪਤਾ ਵਾ। ਉੱਥੇ ਚੱਲਦੇ ਹਾਂ। ਹਾਂ ਚਲੋ ਠੀਕ ਆ, ਕੁਝ ਖਾਣਾ ਪਹਿਲਾਂ ਤੇ ਖਾ ਲਾ ਕਿ ਪਹਿਲਾਂ ਖਰੀਦ ਲਈਏ ਖਾਣਾ? ਵੈਸੇ ਖਵਾ ਦੋਗੇ ਤੇ ਵਧੀਆ, ਪਰ ਪਹਿਲਾਂ ਆਪਾਂ ਸ਼ਾਪਿੰਗ ਕਰ ਲੈਣੇ ਆ, ਫੇਰ ਮੈਂ ਖਾਵਾਂ ਪੀਵਾਂਗੀ ਤੇ ਖਾਣ ਪੀਣ ਵਾਸਤੇ ਮੈਂ ਆਪਣੀ ਫੇਵਰਿਟ ਜਗ੍ਹਾ ਤੇ ਜਾਣਾ ਜੀ। ਡਨ, ਠੀਕ ਆ। ਜਿਹੜੀ ਚੰਗੀ ਲੱਗਦੀ ਚੀਜ਼ ਉਹ ਬਾਅਦ ਚੋਂ ਫਾਈਨਲ ਕਰ ਦਿਓ, ਦੋ ਤਿੰਨ ਪੀਸ ਸਿਲੈਕਟ ਕਰ ਲਓ। ਚਲੋ ਠੀਕ ਆ, ਵੈਸੇ ਆ ਮੈਨੂੰ ਬਹੁਤ ਸੋਹਣਾ ਲੱਗਣ ਦਿਆ, ਕਰੋ ਟਰਾਈ ਹੈ ਨਾ। ਚਲੋ ਮੈਂ ਟਰਾਈ ਕਰਕੇ ਤੁਹਾਨੂੰ ਦਿਖਾਉਂਦੀ। ਕੀ ਮੈਨੂੰ ਸਮਝ ਗਏ? ਇੰਨਾ ਜ਼ਿਆਦਾ ਨਹੀਂ ਹੈਗਾ, ਬਾਕੀ ਇਹ ਉਹਦੇ ਨਾਲੋਂ ਜ਼ਿਆਦਾ ਹੈਗਾ, ਇਹ ਤਾਂ ਪੈਨਲ ਕਰਦਾ। ਕੁਛ ਹੋਰ ਲੈਣਾ ਤੇ ਹੁਣ ਵੇਖ ਲਾ, ਬਾਅਦ ਵਿੱਚ ਘਰੇ ਆ ਕੇ ਲਾਂਭਾ ਨਹੀਂ ਦੇਣਾ। ਨਹੀਂ ਨਹੀਂ, ਜਿਹੜੇ ਜਿਹੜੇ ਮੈਨੂੰ ਪਸੰਦ ਸੀ ਨਾ ਉਹ ਸਾਰੀਆਂ ਮੈਂ ਲੈ ਲਈਆਂ, ਉਹ ਆ ਪਏ ਆ। ਆ ਤਿੰਨੇ? ਹਾਂ ਆ ਤਿੰਨੋਂ ਲਏ, ਇਹ ਨਾ ਬੜੀ ਕੰਫਰਟੇਬਲ ਤੇ ਸੌਫਟ ਹੈਗੇ ਆ। ਤੇ ਕੋਈ ਟੌਪ ਜੀਨ? ਨਹੀਂ ਟੌਪ ਨਾ ਮੈਨੂੰ ਇੰਨੇ ਪਸੰਦ ਨਹੀਂ ਆਏ, ਬਟ ਆਹ ਸਾਰੇ ਬਹੁਤ ਜ਼ਿਆਦਾ ਕੰਫਰਟੇਬਲ ਸੀ। ਅਤੇ ਫਿਲਹਾਲ ਆ ਲੈ ਲੈਣ, ਤੁਸੀਂ ਆਪਣੇ ਵਾਸਤੇ ਸ਼ਰਟ ਵੇਖ ਲਓ ਕੋਈ। ਦੇਖ ਲੈਣਾ। ਹਾਂਜੀ ਚਲੋ। ਥੋੜਾ ਫੇਡ ਜਿਹਾ ਲੱਗਣ ਡਿਆ, ਉਹੀ ਏਦਾਂ ਦੀ ਆ, ਫੇਡ ਨਹੀਂ ਹੈ ਅੱਧੇ ਪਾਏ ਆਪਣਾ।
ਮੈਂ ਸਮਝ ਲਿਆ ਕਿ ਹੈ ਹੋਣੀ ਹੈ ਤਾਂ, ਪਰ ਮੈਨੂੰ ਨਾ ਬ੍ਰਾਈਟ ਬ੍ਰਾਈਟ ਜਿਹਾ ਜ਼ਿਆਦਾ ਪਸੰਦ ਆ ਗਿਆ। ਬ੍ਰਾਈਟ ਚ 50 ਪੀਸ ਨੂੰ ਟਰਾਈ ਕਰਦੇ ਹਾਂ। ਹਾਂ ਸੋਹਣਾ ਲੱਗਣ ਦੇ, ਕਲਰ ਵੀ ਹੈਗਾ ਤੇ ਮੈਂ ਯੈਲੋ ਇਹਨੂੰ ਟਰਾਈ ਕਰ ਲਓ, ਆ ਸਹੀ ਲੱਗਣ ਦੇ ਇਹਨੂੰ ਕਰ। ਆਜੋ ਪਤਾ ਨਹੀਂ ਲੇਡੀਜ਼ ਟਾਈਮ ਕਿਉਂ ਲਾਉਂਦੀਆਂ ਇੰਨਾ ਉੱਪਰਾਂ ਲੱਗਿਆ। ਮੈਂ ਸੋਚਣੀ ਆ ਪਹਿਲਾਂ ਨਾ ਆਪਾਂ ਨੂਡਲਸ ਮੰਗਾ ਲਈ, ਫਿਰ ਬਾਅਦ 'ਚ ਕੁਛ ਰੋਟੀ ਵੇਖਦੇ ਹਾਂ। ਠੀਕ ਹੈ, ਇੱਕ ਨਾ ਵੈਜ ਨੂਡਲਸ ਲਾ ਦਿਓ। ਠੀਕ ਹੈ, ਪਹਿਲੇ ਇਹ ਲਾ ਦਿਓ, ਇਹ ਲਾ ਦਿਓ, ਬਾਅਦ ਮੈਂ ਫਿਰ ਖਾਣਾ ਖਾ ਲੈਂਦੇ। ਸੱਚੀ ਮੈਂ ਇਹੋ ਹੀ ਕਹਿੰਦੀ, ਭੁੱਖ ਸੱਚੀ ਬੜੀ ਲੱਗੀ ਹੋਈ। ਭੁੱਖ ਮੈਨੂੰ ਵੀ ਜ਼ਿਆਦਾ ਲੱਗੀ, ਮੈਂ ਤਾਂ ਕਿਹਾ ਸੀ ਪਹਿਲਾਂ ਖਾ ਲੈਂਦੇ ਬਾਅਦ 'ਚ ਸ਼ੋਪਿੰਗ ਕਰ। ਨਹੀਂ ਮੈਂ ਕਿਹਾ ਜਦ ਸ਼ੋਪਿੰਗ ਆਉਂਦੀ, ਮੈਂ ਸ਼ੋਪਿੰਗ ਨੂੰ ਟਾਈਮ ਵੀ ਬਹੁਤ ਜ਼ਿਆਦਾ ਲੱਗ ਗਿਆ ਕਿਉਂਕਿ ਸਾਰੀਆਂ ਡਰੈਸਿਸ ਵੀ ਟਰਾਈ ਕਰਕੇ ਲਿਆਉਣੀਆਂ ਸੀ, ਪਰ ਡਰੈਸਿਸ ਆਈਆਂ ਬਹੁਤ ਜ਼ਿਆਦਾ ਸੋਹਣੀਆਂ, ਹੈ ਨਾ। ਅਲੱਗ ਹੀ ਇੱਕ ਨਾ ਮੈਨੂੰ ਸਭ ਤੋਂ ਜ਼ਿਆਦਾ ਵਧੀਆ ਲੱਗੀ ਹੋਈ ਤਰ੍ਹਾਂ ਜਿਵੇਂ ਡਾਂਡੀਆ ਡਰੈਸ ਹੁੰਦੀ ਨਾ। ਉਹ ਚੋਇਸ ਮੇਰੀ ਸੀ ਨਾ। ਅੱਛਾ ਜੀ, ਅੱਛਾ ਜੀ, ਸਹੀ ਹੈ ਸਹੀ ਹੈ। ਹਾਂ ਤੁਹਾਡੀ ਚੋਇਸ ਵਧੀਆ ਹੀ ਆ, ਹੈ ਨਾ। ਮੈਂ ਜੋ ਕਿਉਂ ਲੱਗਦਾ ਇੱਕ ਥਾਂ ਤੇ ਗਲਤੀ ਜੀ ਹੋ ਗਈ। ਚਲੋ ਮੇਰੀ ਗੱਲ ਸੁਣੋ, ਜੋਕਸ ਪਾਰਟ। ਮੈਂ ਤੁਹਾਨੂੰ ਇੱਕ ਗੱਲ ਕਰਨੀ ਸੀ। ਮੈਨੂੰ ਨਾ ਇਤਨਾ ਲੱਗਦਾ ਵਾ ਕਿ ਜਿਵੇਂ ਤੁਸੀਂ ਕੋਈ ਟੈਨਸ਼ਨ 'ਚ ਜੇ ਇਕੱਲੇ ਬੋਲਦੇ ਰਹਿੰਦੇ, ਜੇ ਕੋਈ ਗੱਲ ਆ ਕੋਈ ਟੈਨਸ਼ਨ ਆ ਤੁਸੀਂ ਮੇਰੇ ਨਾਲ ਤਾਂ ਸ਼ੇਅਰ ਕਰੋ, ਮੈਂ ਤਾਂ ਤੁਹਾਡੀ ਲਾਈਫ ਪਾਰਟਨਰ ਹੈਗੀ ਹਾਂ, ਮੈਂ ਤਾਂ ਤੁਹਾਨੂੰ ਸਮਝਾਂਗੀ ਕਿ ਕੋਈ ਗੱਲ ਆ ਟੈਨਸ਼ਨ ਆ ਕੋਈ, ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਗੱਲ ਕਹਿ ਸਕਦੀ ਹਾਂ ਅਤੇ ਤੁਸੀਂ ਮੇਰੇ ਨਾਲ ਸ਼ੇਅਰ ਕਰ ਸਕਦੇ ਜੀ, ਮੈਂ ਤਾਂ ਸਮਝਾਂਗੀ ਤੁਹਾਨੂੰ। ਕੋਈ ਇਸ ਤਰ੍ਹਾਂ ਦੀ ਗੱਲ ਨਹੀਂ, ਤੈਨੂੰ ਇਸ ਤਰ੍ਹਾਂ ਕਿਉਂ ਲੱਗਦਾ ਮੈਂ ਟੈਨਸ਼ਨ 'ਚ? ਨਹੀਂ ਮੈਨੂੰ ਨਾ ਵਿੱਚ ਵਿੱਚ ਇਸ ਤਰ੍ਹਾਂ ਲੱਗਦਾ ਹੀ ਆ ਕਿ ਤੁਸੀਂ ਨਾ ਕਿਸੇ ਟੈਨਸ਼ਨ 'ਚ ਜੇ, ਕਿਉਂਕਿ ਇਕੱਲੇ ਤੁਸੀਂ ਬੋਲਦੇ ਰਹਿੰਦੇ ਜੇ ਕਦੀ ਕਦੀ, ਅਤੇ ਮੈਨੂੰ ਉਹ ਗੱਲ ਸਮਝ ਨਹੀਂ ਆਈ ਅੱਜ ਤੱਕ ਵੀ ਇਸ ਤਰ੍ਹਾਂ ਕਿਉਂ। ਤੁਸੀਂ ਵਿਆਹ ਕਰਾ ਕੇ ਖੁਸ਼ ਤਾਂ ਹੈਗੇ ਜੇ ਨਾ? ਯਾਰ ਖੁਸ਼ ਹਾਂ, ਮੈਨੂੰ ਮਤਲਬ ਕਿ ਆਪਣੀ ਪਸੰਦ ਦੀ ਕੁੜੀ ਮਿਲ ਗਈ, ਹੋਰ ਕੀ ਚਾਹੀਦਾ ਸੀ? ਉਹ ਗੱਲ ਤਾਂ ਹੈਗੀ ਆ, ਪਰ ਜਦੋਂ ਤਾਂ ਸਾਡਾ ਵਿਆਹ ਆ ਮੈਨੂੰ ਇਸ ਤਰ੍ਹਾਂ ਲੱਗਦਾ ਤੁਸੀਂ ਟੈਨਸ਼ਨ 'ਚ ਜੇ ਕਿ ਜਿਵੇਂ ਤੁਹਾਨੂੰ ਕੁਛ ਚੀਜ਼ ਦੀ ਮੈਨੂੰ ਸਮਝ ਨਹੀਂ ਆ। ਦਿਮਾਗ 'ਤੇ ਜ਼ਿਆਦਾ ਲੋਡ ਨਾ ਪਾ, ਸਨੈਕਸ ਇੰਜੋਏ ਕਰ, ਬਾਅਦ 'ਚੋਂ ਰੋਟੀ ਖਾਈਏ, ਭੁੱਖ ਲੱਗੀ, ਆਪਣਾ ਨਿਊਡਲਾਂ ਨਾਲ ਤਾਂ ਸਰਨਾ ਜੀ। ਰੋਟੀ ਤਾਂ ਖਾਵਾਂਗੇ ਹੀ, ਪਰ ਅਗਰ ਮੈਂ ਹੁਣ ਵੀ ਪੁੱਛਣੀ ਹੈ ਕੋਈ ਇਸ ਤਰ੍ਹਾਂ ਦੀ ਗੱਲ ਹੈਗੀ ਤਾਂ ਮੈਨੂੰ ਦੱਸ। ਕੁਛ ਨਹੀਂ ਹੈਗਾ, ਬੇਫਿਕਰ ਹੈ, ਕੁਛ ਨਹੀਂ ਹੈਗਾ। ਤੈਨੂੰ ਉਸ ਕਰਕੇ ਲੱਗਣ ਡਿਆ ਵਾ ਕਿ ਜੀ ਗੱਡੀ ਤੋਂ ਹੋ ਗਿਆ ਕਿ ਗੱਡੀ ਆਪਣੇ ਯਾਰਾਂ ਦੋਸਤਾਂ ਨੂੰ ਕਿਉਂ ਦਿੰਦਾ ਵਾ, ਇੱਕ ਗੱਡੀ ਕਰਕੇ ਤੂੰ ਇੰਨਾ ਸੋਚੀ ਜਾਂਦੀ ਹੈ। ਚਲੋ ਠੀਕ ਆ, ਜੇ ਤੁਸੀਂ ਕਹਿੰਦੇ ਜੇ ਮੈਂ ਤੁਹਾਡੀ ਗੱਲ ਮੰਨ ਲੈਂਦੀ ਹਾਂ। ਅੱਜ ਕੱਲ੍ਹ ਤੁਸੀਂ ਇੱਕ ਗੱਲ ਨੋਟ ਕੀਤੀ ਹੈ, ਕੁੜੀਆਂ ਥਾਰ ਕਿੰਨੀ ਚਲਾਉਂਦੀਆਂ ਵਾ? ਆਹੋ ਯਾਰ, ਮੈਂ ਵੀ ਇੱਕ ਚੀਜ਼ ਨੋਟ ਕੀਤੀ, ਥਾਰ ਲੜਕੀਆਂ ਨਾ ਵਾਹਵਾ ਚਲਾਉਂਦੇ ਆ। ਜਿਵੇਂ ਕਿ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਮਹਿੰਦਰਾ ਵਾਲਿਆਂ ਨੇ ਥਾਰ ਨਾ ਕੁੜੀਆਂ ਵਾਸਤੇ ਕੱਢੀ ਆ। ਚੰਗੀ ਗੱਲ ਆ, ਚਲਾਉਂਦੀਆਂ ਵਾ, ਤੇ ਮਾੜਾ ਕੀ ਆ ਇਹਦੇ ਵਿੱਚ? ਉਹ ਗੱਲ ਤਾਂ ਹੈਗੀ ਆ,
ਅਤੇ ਜਦੋਂ ਵੀ ਤੁਸੀਂ ਕੋਈ ਹੁਣ ਗੱਡੀ ਚੇਂਜ ਕਰਨੀ ਹੋਏਗੀ ਨਾ ਆਹ ਵਾਲੀ, ਤੁਸੀਂ ਪੱਕਾ ਥਾਰ ਹੀ ਲਿਓ। ਮੈਨੂੰ ਵੀ ਨਾ ਥਾਰ ਹੁਣ ਬਹੁਤ ਵਧੀਆ ਲੱਗਣ ਲੱਗ ਪਈ ਆ ਜਦੋਂ ਦੀਆਂ ਮੈਂ ਵੀ ਵੇਖਣੀ ਹਾਂ ਕਿ ਕੁੜੀਆਂ ਥਾਰ ਇੰਨੀ ਜ਼ਿਆਦਾ ਚਲਾਉਂਦੀਆਂ। ਤਾਂ ਡਰਾਈਵਿੰਗ ਦੀ ਜਾਂਚ ਸਿੱਖੋਗੇ? ਤਾਂ ਡਰਾਈਵਿੰਗ ਦੀ ਕੋਈ ਗੱਲ ਨਹੀਂ, ਮੈਨੂੰ ਆਉਂਦੀ ਹੈ, ਤੁਸੀਂ ਲੈ ਕੇ ਤਾਂ ਆਓ, ਫਿਰ ਵੇਖਿਓ ਚਲਾਉਂਦੀ ਹੈ। ਕਰਦੇ ਹਾਂ ਜਦੋਂ ਆਪਾਂ ਹੁਣ ਅੱਜ ਲਈ ਕੋਈ ਗੱਡੀ ਪਲੈਨ ਕਰਾਂਗੇ ਨਾ, ਫਿਰ ਥਾਰ ਦੇਖ ਲਓ। ਚਲੋ ਠੀਕ ਆ। ਕਮਾਲ ਹੋ ਗਈ ਆ, ਥਾਰ ਲੈ ਆਓ, ਥਾਰਾਂ ਲਿਆਉਣੀਆਂ ਕਿਤੇ ਸੌਖੀਆਂ ਹੋਣ। ਆਹ ਵੇਖ ਲਓ, ਹੁਣ ਫਿਰ ਇਕੱਲੇ ਗੱਲ ਕਰਨ ਦੇ ਜੇ ਨਾ, ਤੈਨੂੰ ਉਤਰਾ ਹੀ ਭੁਲੇਖਾ ਪੈਂਦਾ, ਮੈਂ ਇਕੱਲਾ ਬੋਲ। ਭੁਲੇਖਾ ਨਹੀਂ, ਇਸੇ ਕਰਕੇ ਮੈਂ ਕਹਿੰਦੀ ਇੱਕ ਵਾਰੀ ਭੁਲੇਖਾ ਪੈ ਸਕਦਾ, ਦੋ ਵਾਰੀ ਪਰ ਇੰਨੀ ਵਾਰੀ ਭੁਲੇਖਾ ਨਹੀਂ ਪੈ ਸਕਦਾ। ਨੂਡਲਸ ਆ ਗਏ, ਨੂਡਲ ਪੜੋ ਪੜ ਕੇ ਰਹਿਣਾ, ਘਰ ਸਟਾਰਟ, ਗੱਲਾਂ ਹੀ ਕਰੀ ਜਾਂਦੀ। ਚਲੋ ਚਲੋ, ਵੈਸੇ ਵੀ ਆ ਜਾਣਾ ਮਾਲੇ ਆਂਦੇ ਭੁੱਖਾ, ਉਹ ਕੀ ਕਹਿੰਦੇ ਹੁੰਦੇ ਆ, ਪੇਟ ਖਾਲੀ ਹੋਵੇ ਤਾਂ ਗੱਲਾਂ ਤਾਂ ਆਉਂਦੀਆਂ ਹੀ ਨਹੀਂ, ਇਹਨੂੰ ਪਤਾ ਨਹੀਂ ਪੇਟ ਖਾਲੀ ਤਾਂ ਹੀ ਗੱਲਾਂ ਹੁੰਦੀਆਂ ਸਾਰੀਆਂ। ਜਨਾਨੀਆਂ ਨੂੰ ਨਾ ਜਿਹੜੀ ਮਰਜ਼ੀ ਸਿਚੁਏਸ਼ਨ ਹੋਵੇ, ਗੱਲਾਂ ਨਹੀਂ ਖਤਮ ਹੁੰਦੀਆਂ। ਕਿਹੜਾ ਟੇਸਟ? ਬਹੁਤ ਵਧੀਆ। ਇੱਥੇ ਤਾਂ ਤੁਸੀਂ ਮੈਨੂੰ ਪਹਿਲਾਂ ਵੀ ਤਾਂ ਲੈ ਕੇ ਆਏ ਸੀ, ਇੱਥੇ ਦਾ ਟੇਸਟ ਬਹੁਤ ਵਧੀਆ ਹੁੰਦਾ। ਇੰਨੇ ਸਾਲ ਸਾਰੇ ਤਾਂ ਰੈਸਟੋਰੈਂਟ ਦੇ ਨੂੰ ਵਿਖਾ ਛੱਡੇ ਘੁਮਾ ਘੁਮਾ ਕੇ। ਤਾਂ ਸਹੀ ਕਿਹਾ, ਪਰ ਉਦੋਂ ਆਪਾਂ ਉੱਥੇ ਗਏ ਸੀ ਨਾ, ਉਦੋਂ ਨਹੀਂ ਮੈਨੂੰ ਮਜ਼ਾ ਆਇਆ। ਕਿੱਥੇ? ਉਹ ਛੱਡੋ, ਤਾਂ ਬੇਕਾਰ ਸੀਗਾ, ਤਾਂ ਸਮਝ ਗਿਆ ਮੈਂ, ਹੈ ਨਾ। ਮੈਨੂੰ ਟੇਸਟ ਹੀ ਨਹੀਂ ਲੱਗੀ ਕੌਫੀ ਉੱਥੋਂ ਦੀ, ਇੱਥੋਂ ਦਾ ਤਾਂ ਪਰ ਮੈਨੂੰ ਹਰ ਵਾਰੀ ਵਧੀਆ ਲੱਗਦਾ। ਆਪਾਂ ਜਿੰਨੀ ਵਾਰ ਆਈਦਾ ਨਾ, ਇਹਦਾ ਕੁਛ ਨਾ ਕੁਛ ਜ਼ਰੂਰ ਟਰਾਈ ਕਰਾਂਗੇ। ਰੁਪਈਆ 1700 ਲੱਗ ਗਿਆ ਅਤੇ ਕੰਮ ਵੀ ਕਿਸੇ ਨਹੀਂ ਆਇਆ। ਸਹੀ ਕਿਹਾ, ਉਹ ਤਾਂ ਫਿਰ ਰੋਟੀ ਦਾ ਔਡਰ ਕਰ ਲਈਏ, ਫਿਰ ਰੋਟੀ ਨੂੰ ਵੀ ਟਾਈਮ ਲੱਗਦਾ। ਕਰ ਲਓ ਕਰ ਲਓ, ਮੈਂ ਤਾਂ ਕਹਿੰਦੀ ਉਹ ਮੰਗਾ ਲਓ, ਕੜਾਹੀ ਪਨੀਰ ਅਤੇ ਨਾਲੇ ਰੋਟੀ। ਬਟਰ ਨਾਨ ਖਾਣਾ ਕੀ ਖਾਣਾ? ਜੋ ਵੀ ਰੋਟੀ 'ਚ ਕੁਛ ਵੀ ਮੰਗਾ ਲਓ। ਤਵਾ ਰੋਟੀ ਖਾ ਲਈ? ਹਾਂ ਉਹ ਮੰਗਾ ਲਓ। ਲਓ ਜੀ ਮੈਡਮ ਜੀ, ਛਕੋ ਕੜਾਹੀ ਪਨੀਰ ਅਤੇ ਤਵਾ ਰੋਟੀ। ਹੈਗਾ ਪਨੀਰ ਹੀ ਆ, ਬਸ ਦੇ ਕੜਾਹੀ 'ਚ ਦਿੱਤਾ ਅਤੇ ਕੜਾਹੀ ਪਨੀਰ ਹੋ ਗਿਆ। ਸਹੀ ਗਿਆ, ਰੋਟੀਆਂ ਬਹੁਤ ਸੋਹਣੀਆਂ ਲੱਗਣ ਦੀਆਂ। ਆਪਾਂ ਰੋਟੀ ਰੈਸਟੋਰੈਂਟ 'ਚ ਬੈਠੇ, ਢਾਬੇ 'ਤੇ ਬੈਠੇ, ਪਰ ਆਪਾਂ ਰੋਟੀ ਫਸਟ ਟਾਈਮ ਟਰਾਈ ਕਰਨੇ ਆ ਨਾ। ਕਿਉਂ? ਉਤਰਾ ਆਪਾਂ ਬਟਰ ਨਾਨ, ਅੱਛਾ ਪਰਾਂਠਾ, ਉਹ ਖਾਂਦੇ ਹੁੰਦੇ ਨਾ। ਚਲੋ ਪੜੋ ਕਿਰਨ, ਕੁਛ ਹੋਰ ਰੋਟੀ ਮੰਗਣੀ? ਹੋਰ ਮੈਂ ਤਾਂ ਕੁਛ ਨਹੀਂ ਖਾਣਾ, ਪੂਰੀ ਫੁੱਲ ਹੋ ਚੁੱਕੀ ਹੈ ਮੇਰੇ ਕੋਲ, ਰਾਤੀ ਵੀ ਨਹੀਂ ਖਾਧੀ ਜਾਣੀ ਹੁਣ ਮੇਰੇ ਹਿਸਾਬ ਨਾਲ। ਮੈਂ ਤਾਂ ਆਪ ਨਹੀਂ ਰਾਤੀ ਕੁਛ ਖਾਣਾ, ਬਾਕੀ ਸਭ ਕੁਛ ਵਧੀਆ ਸੀਗਾ। ਚੱਲੀ ਹੁਣ ਘਰ? ਸਵੀਟ ਡਿਸ਼ ਕੋਈ? ਨਹੀਂ ਨਹੀਂ, ਮਿੱਠਾ ਨਹੀਂ। ਚਾਹ ਕੌਫੀ? ਨਹੀਂ, ਇੱਥੇ ਨਾ ਚਾਹ ਵਾਲੇ ਨਹੀਂ ਹੈਗੀ, ਮਸ਼ੀਨ ਵਾਲੀ ਮੈਨੂੰ ਸਵਾਦ ਨਹੀਂ ਲੱਗਦੀ। ਸੌਫਟੀ ਖਾ, ਸੌਫਟੀ ਖਾਣੀ ਨਹੀਂ? ਖਾਣੀ ਤਾਂ ਆ, ਪਰ ਮੇਰਾ ਹੁਣ ਪੇਟ ਭਰ ਗਿਆ। ਚੱਲੀ ਫਿਰ? ਹਾਂ ਚਲੋ। ਹਾਂ ਸੱਚ, ਮੇਰੀ ਇੱਕ ਗੱਲ ਸੁਣ ਲਓ। ਦੱਸੋ ਜੀ। ਗੱਡੀ ਨਾ ਹੁਣ ਆਪਣੀ ਅੰਦਰ ਲਾ ਲਓ, ਫਿਰ ਨਾ ਕਿਸੇ ਨੂੰ ਤੋਰ ਛੱਡਿਓ। ਆਪਣੀ ਗੱਡੀ 'ਤੇ ਤੋਰੇ ਫੇਰੇ 'ਤੇ ਰਹਿੰਦੀ ਆ, ਇਹਨੂੰ ਵੀ ਪਤਾ ਲੱਗੇ ਆਪਾਂ ਇਹਦੇ ਮਾਲਕ ਹੈਗੇ, ਕੋਈ ਹੋਰ ਨਹੀਂ। ਠੀਕ ਹੈ ਮਹਾਰਾਜ, ਹੋਰ ਕੋਈ ਸੇਵਾ ਹੁਕਮ? ਨਹੀਂ ਬਸ ਬਸ, ਲਾ ਲਓ ਤੁਸੀਂ ਹੁਣ ਅੰਦਰ ਗੱਡੀ, ਹੁਣ ਨਾ ਕਿਸੇ ਨੂੰ ਦੇ ਛੱਡਿਓ, ਕਿਸੇ ਨੇ ਹਿਮਾਚਲ ਜਾਣਾ ਅਤੇ ਕਿਸੇ ਨੇ ਕਿਤੇ ਜਾਣਾ। ਚਲੋ ਠੀਕ ਆ। ਕੋਈ ਗੱਲ ਨਹੀਂ ਕਿਰਨ, ਉਹ ਸਮਾਂ ਬਹੁਤੀ ਦੂਰ ਨਹੀਂ ਆ ਕਿ ਆਪਾਂ ਵੀ ਮਾਲਕ ਬਣ ਹੀ ਜਾਣਾ। ਹੁਣ ਸੋਚ ਲਿਆ ਵਾ। ਆ ਗਏ ਜੀ? ਤੁਸੀਂ ਇੱਥੇ ਬੈਠੇ ਜੇ? ਆਓ, ਇਕੱਲੀ ਤਾਂ ਦਿਲ ਨਹੀਂ ਲੱਗਣ ਡਿਆ, ਪਾਪਾ ਤੇਰੇ ਚੱਲ ਗਏ, ਕਹਿੰਦੇ ਮੈਂ ਸ਼ਾਮ ਜੀ ਸੈਰ ਕਰਨ ਚੱਲਾਂ।
ਆਪਾਂ ਨਾ ਮੈਂ ਫੋਨ ਕਰਨ ਡਈ ਸੀ ਤੇ ਫੋਨ ਕਿਹਨੂੰ ਚੁੱਕਣ ਡਏ ਸੀ? ਪਤਾ ਨਹੀਂ ਲੱਗਾ ਨਾ, ਫੋਨ ਗੱਡੀ ਦੇ ਵਿੱਚ ਹੀ ਸੀਗਾ ਤੇ ਨਾ ਇਹਨਾਂ ਨੇ ਮੈਨੂੰ ਡਰੈਸ ਲੈ ਕੇ ਦਿੱਤੀ ਆ ਮੰਮੀ। ਉਹ ਤੂੰ ਛੱਡ ਪਰਾ, ਪਹਿਲਾਂ ਮੈਂ ਪਾਣੀ ਲੈ ਕੇ ਆਵਾਂ ਤੇਰੇ ਵਾਸਤੇ। ਨਹੀਂ ਨਹੀਂ ਆਪਾਂ ਪਾਣੀ ਪੂਣੀ ਪੀ ਕੇ ਆਏ ਆ। ਖਵਾਇਆ ਪਿਆਇਆ ਨਾ? ਹਾਂਜੀ। ਇਹ ਤੇ ਨਹੀਂ ਨਾ ਜਿਤਨਾ ਤੂੰ ਗਈ ਉਤਨਾ ਹੀ ਵਾਪਸ ਲਿਆਂਦਾ, ਸਵੇਰੇ ਤੂੰ ਨਾਸ਼ਤਾ ਵੀ ਨਹੀਂ ਕੀਤਾ ਸੀ। ਹਾਂਜੀ ਮੰਮੀ, ਮੈਂ ਕੁਛ ਨਹੀਂ ਖਾਧਾ ਸੀ, ਆਪਾਂ ਖਾ ਪੀ ਲਿਆ ਵਾ। ਤੁਹਾਨੂੰ ਪਤਾ ਵਾ ਮੈਂ ਨਾ ਧੀ ਦਾ ਹਾਲ ਕੀ ਹੋ ਗਿਆ ਹੈ, ਵਾਲ ਵੁਲ ਸਾਰੇ। ਮੰਮੀ ਉੱਥੇ ਨਾ ਸ਼ੋਪਿੰਗ 'ਚ ਨਾ ਤੁਹਾਨੂੰ ਪਤਾ ਤੇ ਆ, ਕੋਈ ਵੀ ਡਰੈਸ ਲੈਣੀ ਹੋਵੇ ਕਿੰਨੀ ਵਾਰੀ ਚੇਂਜ ਕਰਨੀ ਪੈਂਦੀ ਆ, ਤੇ ਨਾਲੇ ਨਾ ਭਾਰੀਆਂ ਡਰੈਸਾਂ ਮੈਂ ਕਦੀ ਪਾਈਆਂ ਨਹੀਂ ਆ, ਤੇ ਮੈਨੂੰ ਨਾ ਚੁਭਣ ਜਿਹੀਆਂ ਦਈਆਂ ਸੀ, ਤੇ ਫਿਰ ਮੈਂ ਕਿਹਾ ਚੱਲ ਥੋੜ੍ਹੀ ਜਿਹੀ ਕੈਜੂਅਲ ਜਿਹੇ ਲੈ ਲਈਏ। ਤੇ ਆਹ ਦੇਖੋ ਐਸੇ ਕਰਕੇ ਤੇ ਪੁੱਤਰ, ਉਹ ਤਾਂ ਮੈਂ ਭਾਰੇ ਬਣਵਾਏ ਨੇ ਸੀ। ਲੈ ਪੁੱਤ, ਬਹੁਤੇ ਸਾਦੇ ਜਿਹੇ ਨਹੀਂ ਲੈਂਦੇ ਤੂੰ? ਨਹੀਂ ਮੰਮੀ। ਹਾਂ ਬਿਲਕੁਲ ਸਹੀ। ਇੱਕ ਮਿੰਟ ਪੁੱਤ, ਮੈਨੂੰ ਵੇਖ ਲੈਂਦੇ, ਹੋਰ ਗੱਲਾਂ ਦੀ ਗੱਲਾਂ, ਤੂੰ ਰੰਗ ਬੜੇ ਸੋਹਣੇ ਲਿਆਂਦੇ ਆ। ਵਾਹ ਬਈ ਵਾਹ ਵਾਹ, ਮੇਰੀ ਗੱਲ ਸੁਣ, ਇਹ ਪਸੰਦ ਕਿਹਦੀ ਆ? ਦੋਵਾਂ ਦੀ ਮੰਮੀ। ਮੈਂ ਨਹੀਂ ਨਹੀਂ, ਮੇਰੇ ਪੁੱਤ ਦੀ ਹੋਣੀ ਆ। ਮੈਂ ਨਾ ਟਰਾਈ ਕਰੀ ਗਈ, ਮੇਰੇ ਪੁੱਤ ਨੇ ਇਹਨੂੰ ਚ ਬੜਾ ਸੋਹਣਾ ਲੱਭਿਆ, ਬਹੁਤ ਸੋਹਣੀ। ਮੈਂ ਨਾਲ ਲੈ ਕੇ ਗਈ ਸੀ, ਬਹੁਤ ਸੋਹਣੀ, ਇਹਨਾਂ ਦੀ ਪਸੰਦ ਵਧੀਆ ਹੁੰਦੀ, ਬੜੀ ਸੋਹਣੀ ਪੁੱਤ, ਬਹੁਤ ਸੋਹਣੀ। ਹੋਰ ਇਹ ਕਾ ਲੈ ਗਏ ਘਰ ਪਾਉਣ ਵਾਸਤੇ ਮੰਮੀ? ਇਹਦੇ 'ਚ ਨਾ ਬੜਾ ਕੰਫਰਟੇਬਲ ਸੀਗਾ। ਆ ਪੁੱਤ, ਰੰਗ ਬਹੁਤਾ ਫਿੱਕਾ ਜਿਹਾ ਨਹੀਂ ਲੈਂਦਾ? ਨਹੀਂ ਮੰਮੀ, ਨਵੇਂ ਨਵੇਂ ਵਿਆਹੇ ਹੋਏ ਤਾਂ ਗੂੜੇ ਗੂੜੇ ਰੰਗ ਸੋਹਣੇ ਲੱਗਦੇ। ਬੜਾ ਸੋਹਣਾ ਲੱਗਦਾ, ਮੈਂ ਕਿਹਾ ਘਰ ਪਾਉਣ 'ਚ ਕੀ ਹਰਜਾ। ਅੱਛਾ ਅੱਛਾ, ਹਾਂ ਬਹੁਤ ਸੋਹਣਾ ਪੁੱਤ, ਹੋਰ ਕੀ ਲਿਆਂਦਾ? ਤੇ ਮੰਮੀ ਇੱਕ ਇਹਨਾਂ ਨੇ ਆਹ ਪਸੰਦ ਕੀਤੀ ਆ, ਮੈਂ ਤੇ ਇਹਨਾਂ ਨੂੰ ਕਿਹਾ ਸੀਗਾ ਕਿ ਵਾਈਟ ਕਲਰ ਹੈਗਾ, ਇਹ ਕਹਿੰਦੇ ਨਹੀਂ ਸਾਡੇ ਘਰੇ ਨਹੀਂ ਵਹਿਮ ਵੂਮ ਚੱਲਦੇ। ਪੁੱਤਰ ਗੱਲ ਤਾਂ ਚੱਲ ਹੁਣ ਉਹਦੀ ਪਸੰਦ ਦੀ ਆ, ਕਹਿੰਦੇ ਆ ਸਾਰੇ ਜਾਣੇ, ਪਰ ਇਹ ਵਾਈਟ ਨਹੀਂ ਹੈਗਾ, ਕਹਿੰਦੇ ਵਾਈਟ ਨਹੀਂ ਪਾਉਣਾ ਚਾਹੀਦਾ, ਇਹ ਤਾਂ ਕਰੀਮ ਹੈ। ਹਾਂ ਸੋਹਣਾ, ਤੇ ਇਹਦੇ ਨਾਲ ਕੀ ਦੁਪੱਟਾ? ਦੁਪੱਟਾ ਵੀ ਮੰਮੀ ਨਾਲ ਹੀ ਆ, ਬੋਟਮ ਆ, ਬਹੁਤ ਸੋਹਣੇ। ਆਹ ਵੇਖ ਲਾ, ਆਹ ਕਿੰਨੀਆਂ ਮੋਜਾਂ ਲੱਗ ਗਈਆਂ ਹੈਂ, ਆਹ ਕੱਪੜੇ ਬਣੇ ਬਣਾਏ ਮਿਲ ਜਾਂਦੇ ਹਰ ਮੇਚੇ ਦੇ। ਤੇ ਹੋਰ ਕੀ ਮੰਮੀ, ਉਹੀ ਕੀ ਕਹਿੰਦੇ ਕੱਪੜਾ ਲਵੋ, ਫਿਰ ਉਹਨੂੰ ਸਟਿਚ ਕਰਾਉਂਦੇ ਕਿਆ ਉਹ, ਤੇ ਉਹ ਜ਼ਿਆਦਾ ਨਹੀਂ ਝੰਜਟ ਜਿਹਾ ਲੱਗਦਾ, ਇਹ ਜਾਓ ਅਤੇ ਲੈ ਕੇ ਆ ਜਾਓ। ਅਤੇ ਇੱਕ ਗੱਲ ਸੁਣੋ ਮੇਰੀ, ਇੱਕ ਡਰੈਸ ਮੈਂ ਆਲਟਰੇਸ਼ਨ ਵਾਸਤੇ ਦਿੱਤੀ ਹੋਈ ਆ, ਉਹ ਬੜੀ ਵਧੀਆ ਵਾ, ਅਤੇ ਉਹ ਮਿਲ ਜਾਣੀ ਆ 2 ਕੁ ਘੰਟੇ ਬਾਅਦ। ਚੱਲ ਲੈ ਵੀ, ਆਹ ਵਧੀਆ, ਚੰਗਾ ਕੀਤਾ ਨਾ। ਮੈਂ ਤਾਂ ਕਹਿੰਦੀ ਹਾਂ ਜਿਹੜੇ ਵੀ ਰਿਸ਼ਤੇਦਾਰ ਕੋਈ ਮੇਰੇ ਕੋਲ ਕਹਿੰਦਾ ਨਾ ਵੀ ਵਿਆਹ ਵਾਸਤੇ ਆਇਓ, ਸਲਾਹ ਮੰਗਦਾ, ਮੈਂ ਤਾਂ ਇਹੋ ਹੀ ਉਹਨਾਂ ਨੂੰ ਕਹਿੰਦੀ ਹੁੰਦੀ ਹਾਂ, ਭਰਾਵਾ ਇੰਨੇ ਇੰਨੇ ਭਾਰੇ ਕੱਪੜੇ ਨਾ ਬਣਾਇਓ, ਲਾਈਟ ਵੇਟ ਹੀ ਕੱਪੜੇ ਭਾਰੇ ਨਾ, ਫਿਰ ਬੈੱਡਾਂ ਦੇ ਵਿੱਚ ਹੀ ਪਏ ਰਹਿੰਦੇ। ਬਿਲਕੁਲ ਬਿਲਕੁਲ, ਉਹ ਭਾਰ ਢੋਣ ਜੋਗੇ ਹੀ ਹੁੰਦੇ ਬਸ। ਚੱਲ ਬੈਠੋ, ਮੈਂ ਤੁਹਾਡੇ ਵਾਸਤੇ ਕੁਝ ਲੈ ਕੇ ਆਈ, ਕੱਪੜੇ ਸੋਹਣਾ। ਤੇ ਮੇਰੀ ਗੱਲ ਸੁਣ, ਇਤਨਾ ਕੱਪੜੇ ਨਾ ਪਾਵੀ, ਮੇਰੀ ਪੁੱਤ ਆਦਤ ਆ ਕੋਈ ਵੀ ਨਵੀਂ, ਮੈਨੂੰ ਪਤਾ ਵਾ ਵਾਸ਼ ਕਰਕੇ ਪ੍ਰੈਸ ਕਰਕੇ ਫੇਰ। ਹਾਂ ਪੁੱਤ, ਕੋਈ ਵੀ ਕੀ ਕਹਿੰਦੇ ਕੈਮੀਕਲ ਲਾਏ ਹੁੰਦੇ, ਨਹੀਂ ਤਾਂ ਚੂਹਾ ਇਹਨਾਂ ਨੂੰ ਪੈ ਜੇ ਉੱਥੇ। ਉਹ ਜਦੋਂ ਆਲਟਰੇਸ਼ਨ ਲਈ ਤੂੰ ਹੀ ਚਲੇ ਜਾ, ਨਾਲੇ ਮੇਰੀਆਂ ਸ਼ਰਟਸ ਵੀ ਲੈ ਆਵੀਂ। ਓ ਯਾਰ ਮੈਂ ਨਹੀਂ ਜਾਣਾ, ਤੂੰ ਵੀ ਨਾਲ ਚੱਲੇ, ਦੋਵੇਂ ਜਾਣੇ ਚੱਲਾਂਗੇ, ਕਿੰਨਾ ਕੁ ਟਾਈਮ ਲੱਗਣਾ। ਚਲੋ ਮੰਮੀ ਲਿਆਓ ਚਾਹ ਪਿਓ ਇੱਕ ਕੱਪ। ਹਾਂ ਹਾਂ ਲੱਗੀ ਲਿਆਣ, ਬਸ ਚਲੋ ਬਹਿ ਜਾ, ਮੈਂ ਸਾਹਮਣੇ। ਹੋਰ ਭਾਜੀ ਕੀ ਹਾਲ? ਠੀਕ ਹੋ? ਪ੍ਰਧਾਨ ਜੀ ਬੜੀਆਂ ਸੋਚਾਂ 'ਚ ਪਏ, ਕੀ ਗੱਲ? ਠੀਕ ਹੈ ਸਭ? ਬੈਠੋ। ਹੋਰ? ਆਹੋ ਯਾਰ ਸੋਚਾਂ 'ਚ ਨਾ, ਕਿਹੜਾ ਤੁਹਾਡੇ ਤੋਂ ਯਾਰ ਲੁਕਿਆ ਕਿਸੇ ਗੱਲ ਦਾ, ਉਦੋਂ ਟੌਰ ਬਣਾਉਣ ਕਰਕੇ ਝੂਠ ਝਾੜ ਜੇ ਮਾਰਦੇ ਰਹੇ ਹਾਂ, ਅਤੇ ਹੁਣ ਮੈਂ ਆਪ ਹੀ ਫਸੀ ਜਾਣਾ ਆਪਣੇ ਝੂਠਾਂ 'ਚ। ਚਲੋ ਕੋਈ ਨਹੀਂ, ਮਸਲਿਆਂ ਦੇ ਹਰ ਕਿਸੇ ਦੇ ਹੱਲ ਹੈਗੇ ਆ। ਮੈਨੂੰ ਗੱਲ ਆਉਂਦੀ, ਮੈਨੂੰ ਆਉਂਦੀ ਸੀ ਆਪਾਂ ਬਾਹਰ ਜਾਣਾ ਸੀ, ਆਊਟ ਆਫ ਕੰਟਰੀ ਤੁਸੀਂ ਕਿਹਾ ਸੀ ਘੁੰਮਣ ਵਾਸਤੇ।
ਮੈਂ ਬਾਅਦ 'ਚ ਕੀ ਕਰਦਾ, ਮੈਂ ਕਹਿਣਾ ਮੈਂ ਕਿਹਾ ਪਾਸਪੋਰਟ ਗਵਾਚ ਗਿਆ, ਹੁਣ 2 ਲੱਖ ਰੁਪਈਆ ਖਰਚਾ ਲੱਗਣਾ ਜਾਣ ਦਾ। ਖਰਚੇ ਤਾਂ ਵੇਖੋ ਹੁੰਦੇ ਹੀ ਆ। ਹੁਣ ਗੱਲ ਇਹ ਆ, ਤੁਸੀਂ ਇਹ ਗੱਲ ਕਰਨ ਡੇ, ਮੈਂ ਤੁਹਾਨੂੰ ਇੱਕ ਹੋਰ ਸਲਾਹ ਦੇਵਾਂ। ਵੇਖੋ ਯਾਰੀ ਦੋਸਤੀ ਕਰਕੇ ਤੁਹਾਨੂੰ ਯਾਰਾਂ ਦੋਸਤਾਂ ਨਾਲੋਂ ਵੱਧ ਕੇ ਭਰਾ ਮੰਨੀਦਾ ਵਾ। ਹੁਣ ਗੱਲ ਇਹ ਆ ਕਿ ਜਾਣਾ ਤਾਂ ਆਪਾਂ ਹੈਗਾ ਹੀ ਆ, ਹੁਣੇ ਬਾਜ਼ਾਰ ਨੂੰ ਚਲੀਏ ਚਲੀਏ ਚੀਜ਼ ਵੇਖਣ, ਪਰ ਮਸਲਾ ਇਹ ਆ ਕਿ ਉਹ ਚੀਜ਼ ਦੀ ਸਾਂਭ ਇੱਕ ਬੜੀ ਆ, ਅਤੇ ਦੂਜਾ ਹੱਥ ਨਾ ਤੁਹਾਡਾ ਤੰਗ ਹੋਵੇ। ਇਹ ਚੀਜ਼ ਨੂੰ ਖਿਆਲ 'ਚ ਰੱਖ ਲਓ, ਫਿਰ ਅਗਲਾ ਕੰਮ ਕਰਦੇ ਹਾਂ। ਗੱਲ ਤੁਹਾਡੀ ਬਿਲਕੁਲ ਸਹੀ ਆ ਕਿ ਕਿਉਂਕਿ ਜਿੰਨੀ ਕੁ ਤਨਖਾਹ ਵਾ ਉਹ ਤਾਂ ਸਾਰੀ ਉਹਨੇ ਹੀ ਖਾ ਜਾਣੀ। ਗੱਲ ਤਾਂ ਇਹੀ ਹੈ, ਕਿਉਂਕਿ ਲੋਨ ਹੋ ਗਿਆ ਵਾ, ਉਹ ਮੈਨੂੰ ਫੋਨ ਆ ਗਿਆ ਸੀਗਾ ਅਮਨ ਦਾ ਅਤੇ ਕਹਿੰਦਾ ਆ ਜਾਓ ਤੁਸੀਂ, ਪਰ ਉਹ ਹੁਣ ਇਹ ਹੈ ਕਿ ਮੇਰੀ ਕੰਪਨੀ 'ਚ ਗੱਲ ਹੋ ਗਈ ਸੀ, ਮੈਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਭਾਈ ਮੇਰਾ ਵਿਆਹ ਹੋ ਗਿਆ, ਮੇਰਾ ਗੁਜ਼ਾਰਾ ਨਹੀਂ ਹੈਗਾ, ਤੁਸੀਂ ਜਾਂ ਤਾਂ ਮੇਰਾ ਸੈਲਰੀ ਵਧਾ ਦਿਉ, ਨਹੀਂ ਤਾਂ ਫਿਰ ਮੈਂ ਕਿਤੇ ਹੋਰ ਟਰਾਈ ਕਰ ਲਵਾਂ, ਅਤੇ ਕੰਮ ਤਾਂ ਸਾਰਾ ਮੇਰੇ ਸਿਰ 'ਤੇ ਆ, ਅਤੇ ਜਾਣਾ ਉਹਨਾਂ ਨੂੰ ਬੰਦਾ ਥੋੜ੍ਹੀ ਇਸ ਤਰ੍ਹਾਂ ਦਾ ਲੱਭਣਾ। ਉਹਨਾਂ ਨੇ ਮੇਰੀ ਸੈਲਰੀ ਵੀ ਵਧਾ ਦਿੱਤੀ ਹੈ ਅਤੇ ਨਾਲ ਮੇਰਾ ਇਨਸੈਂਟਿਵ ਵੀ ਸ਼ੁਰੂ ਕਰ ਦਿੱਤਾ ਜਿਹੜਾ 8 ਮਹੀਨਿਆਂ ਤੋਂ ਨਹੀਂ ਸ਼ੁਰੂ ਕਰਦੇ। ਜਿੰਨੀ ਦੇਰ ਤੱਕ ਤਾਂ ਪੈਸੇ ਆਈ ਜਾਂਦੇ ਆ, ਕੋਈ ਦਿੱਕਤ ਪਰੇਸ਼ਾਨੀ ਨਹੀਂ, ਉਹ ਆਪਣਾ ਹੁਣ ਸਰ ਜਾਣਾ, ਵਧੀਆ ਸਰ ਜਾਣਾ, ਪਰ ਫਿਰ ਵੀ ਸੋਚ ਸਮਝ ਕੇ ਵਗੈਰਾ ਵਗੈਰਾ, ਕਿਉਂਕਿ ਖਰਚੇ ਅੱਗੇ ਹੋਰ ਵੀ ਵਧਣੇ ਆ, ਘਟਣੇ ਨਹੀਂ ਹੈਗੇ। ਨਹੀਂ ਮੈਂ ਕੈਲਕੂਲੇਟ ਕਰ ਲਿਆ ਸਾਰਾ, ਕੋਈ ਨਹੀਂ ਅਤੇ ਠੀਕ ਹੋ ਜਾਣਾ। ਚਲੀਏ ਆਪਾਂ ਚਾਹ ਪੀਏ ਅਤੇ ਚਲੀਏ। ਚਾਹ ਮੈਂ ਕਹੀ ਆ, ਮੰਮੀ ਬਣਾ ਗਏ ਆ। ਅੱਛਾ ਬਣਾ ਗਏ? ਆ ਗਏ ਸੀ। ਚਾਹ ਪੀਂਦੇ ਹਾਂ ਆਪਾਂ ਅਤੇ ਫਿਰ ਅਗਲਾ ਕੰਮ ਕਰਦੇ ਹਾਂ। ਕਿਰਨ, ਕਿਰਨ ਹਾਂਜੀ ਆਈ ਆਓ। ਚਾਹ ਆ ਗਈ। ਸਤਿ ਸ਼੍ਰੀ ਅਕਾਲ ਭਾਬੀ। ਸਤਿ ਸ਼੍ਰੀ ਅਕਾਲ, ਕੀ ਹਾਲ ਹੈ? ਵਧੀਆ ਵਧੀਆ, ਬੈਠੋ। ਚਾਹ ਪੀਓ। ਉਹ ਨਾ ਮੰਮੀ ਗਏ ਆ 2 ਮਿੰਟ ਗੁਰਦੁਆਰੇ ਤੇ ਚਾਹ ਬਣਾ ਗਏ ਸੀਗੇ ਤੇ ਉਹ ਕਹਿੰਦੇ ਸੀਗੇ ਕਿ ਸਰਵ ਕਰਦੀ, ਉਹਨਾਂ ਨੂੰ ਪਤਾ ਸੀਗਾ ਤੂੰ ਆਣਾ। ਇਹਨਾਂ ਤੋਂ ਪਾਸਪੋਰਟ ਨਹੀਂ ਲੱਭਣ ਡਿਆ, ਪਤਾ ਨਹੀਂ ਕਿੱਧਰ ਚਲੇ ਗਿਆ, ਅਸੀਂ ਤੇ ਗਏ ਹਾਂ ਉਦੋਂ ਕੰਮ ਕਰਾ ਕੇ ਹੁਣ ਸਾਰਾ। ਅੱਛਾ ਅੱਛਾ, ਪਰ ਬਣੀ ਨਹੀਂ ਗੱਲ। ਕੋਈ ਗੱਲ ਨਹੀਂ, ਉਹ ਸਾਰੀਆਂ ਗੱਲਾਂ ਛੱਡ, ਮੇਰੀ ਗੱਲ ਸੁਣ। ਦੱਸੋ, ਤੂੰ ਤੇ ਇਹਨਾਂ ਦਾ ਫਰੈਂਡ ਆ ਹਨਾ, ਤੇ ਮੈਨੂੰ ਪਤਾ ਵਾ ਤੂੰ ਭਰਾਵਾਂ ਤੋਂ ਵੀ ਵੱਧ ਕੇ ਆ, ਤੇ ਤੂੰ ਇਹਨਾਂ ਦੀ ਇੱਕ ਗੱਲ ਪੁੱਛ ਹਾਂ। ਮੈਨੂੰ ਇਸ ਤਰ੍ਹਾਂ ਲੱਗਦਾ ਕਿ ਕੋਈ ਟੈਨਸ਼ਨ 'ਚ ਰਹਿੰਦੇ ਆ, ਉਹ ਇਕੱਲੇ ਹੀ ਬੋਲਦੇ ਰਹਿੰਦੇ, ਪਤਾ ਨਹੀਂ ਕੀ ਕੀ ਸੋਚਦੇ ਰਹਿੰਦੇ। ਨਹੀਂ ਕੋਈ ਟੈਨਸ਼ਨ 'ਚ ਨਹੀਂ ਰਹਿੰਦੇ ਯਾਰ, ਕਮਲਾ ਮੈਂ ਜਿਹੜਾ ਇਕੱਲਾ ਬੋਲਦਾ ਰਹਿੰਦਾ, ਦੱਸ ਆ ਕੀ ਗੱਲ? ਮੈਂ ਤੇ ਕਿਹਾ ਨਹੀਂ ਕਮਲੇ 'ਚ, ਪਰ ਕੱਲ ਵੀ 2-3 ਵਾਰ ਤੁਸੀਂ ਸਾਈਡ ਜੇ ਤੇ ਮੂੰਹ ਕਰਕੇ ਬੋਲਦੇ ਰਹੇ ਜਦੋਂ ਮੈਂ ਤੁਹਾਨੂੰ ਕੋਈ ਗੱਲ ਪੁੱਛੀ ਤੇ। ਨਹੀਂ ਭਾਬੀ, ਤੁਹਾਨੂੰ ਐਵੇਂ ਹੀ ਲੱਗਦਾ, ਅਸੀਂ ਤਾਂ ਖੁਸ਼ ਹੀ ਬੜੇ ਰਹਿੰਦੇ, ਰੋਜ਼ ਤਾਂ ਗੱਲ ਹੁੰਦੀ ਹੈ, ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈਗੀ, ਸਭ ਵਧੀਆ ਹੈਗਾ, ਕੋਈ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਕਿ ਇਹ ਟੈਨਸ਼ਨ 'ਚ ਮੈਨੂੰ ਨਾ ਉੱਥੋਂ ਫੋਲਡਰ ਫੜਾ ਦਿਓ ਮੇਰਾ। ਆਹੋ ਚਲੀਏ ਆਪਾਂ ਕੰਮ ਕਰਕੇ ਆਈਏ ਜਿਹੜੇ ਕਰਨ ਵਾਲੇ ਆ। ਚਾਹ ਪੀਏ ਆਪਾਂ, ਦੋ ਦੋ ਖਿੱਚੋ ਲਓ। ਚਲੋ ਠੀਕ ਆ, ਜੇ ਤੂੰ ਕਹਿੰਦੇ ਨਾ ਫਿਰ ਮੈਂ ਤੇਰੀ ਗੱਲ। ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ, ਜੇ ਹੋਏਗੀ ਮੈਂ ਤੁਹਾਨੂੰ ਦੱਸ ਦਾਂਗਾ, ਕੋਈ ਗੱਲ ਨਹੀਂ।
ਕੁਝ ਨਹੀਂ ਹੈਗਾ ਇਸ ਤਰ੍ਹਾਂ ਦਾ ਭਰਾ, ਇਹਨੂੰ ਮੇਰੇ ਤੇ ਯਕੀਨ ਘੱਟ ਤੇਰੇ ਨਹੀਂ ਨਹੀਂ, ਮੈਂ ਦੱਸਦਾ ਕੋਈ ਗੱਲ ਨਹੀਂ, ਜੇ ਟੈਨਸ਼ਨ ਵਾਲੀ ਗੱਲ ਹੋਏਗੀ ਤਾਂ ਵੈਸੇ ਤੇ ਹਲੇ ਤੱਕ ਹੈਗੀ ਨਹੀਂ ਹੈ, ਜਦੋਂ ਵੀ ਹੋਏਗੀ ਦੱਸ ਦਾਂਗਾ। ਲੱਗੀ ਜਾਂਦਾ ਕਿ ਮੈਂ ਪਤਾ ਨਹੀਂ ਕਿਹੜੀ ਟੈਨਸ਼ਨ ਲੈਂਦੀ। ਨਹੀਂ 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 ਨਹੀਂ, ਕੋਈ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ। ਚਲੋ ਬੇਫਿਕਰ ਰਹਿ, ਨਜ਼ਾਰੇ ਲੈ, ਕੋਈ ਟੈਨਸ਼ਨ ਨਹੀਂ। ਚਾਹ ਪੀ, ਚਲੋ ਠੀਕ ਹੈ, ਪਾਣੀ ਪਾਣੀ ਦਾ ਗਲਾਸ ਲੈ ਲੈ, ਪਾਣੀ ਲੈ ਕੇ ਆਂ। ਠੀਕ ਹੈ, ਚਲੀਏ ਫਿਰ ਭਾਜੀ ਆਪਾਂ। ਮੈਨੂੰ ਨਾ ਇੱਕ ਮਿੰਟ ਦਿਓ, ਪੈਣਾ ਚੇਂਜ ਕਰਕੇ ਆਇਆ। ਕਰੋ ਫਿਰ ਚਲੀਏ ਫਟਾਫਟ, ਉੱਥੇ ਵੀ ਟਾਈਮ ਲੱਗ ਜਾਣਾ ਆਪਾਂ ਨੂੰ। ਬਸ ਕਰੋ ਫਿਰ।